ਜਹਾਂਗੀਰ ਪੁੱਲ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਨਿਰਮਾਣ ਨੂੰ ਲੈ ਕੇ ਕਿਸਾਨ ਕਮਿਸ਼ਨ ਕਮੇਟੀ ਵੱਲੋਂ ਵਿੱਢੇ ਗਏ ਸੰਘਰਸ਼ ਤਹਿਤ ਧੂਰੀ ਨੇਬਲੇ ਪਿੰਡ ਅਲਾਲ ਦੇ ਸਰਪੰਚ ਸਰਬਜੀਤ ਪਿਛਲੇ 3 ਦਿਨਾਂ ਤੋਂ ਮਰਨ ਵਰਤ ਤੇ ਬੈਠ ਗਏ ਸਨ, ਜਿਸ ਨੂੰ ਲੈ ਕੇ ਕਿਸਾਨ ਦੀ ਸੂਗਰ ਘੱਟ ਜਾਣ ਕਾਰਨ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆਂ ਹਨ ਅਤੇ ਕਿਸਾਨਾਂ ਵੱਲੋਂ ਪੁੱਲ ਦੇ ਨਿਰਮਾਣ ਲਈ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਸ਼ਾਸਨ ਵੱਲੋਂ ਆਪਣੇ ਕਦਮ ਚੁੱਕੇ ਜਾ ਰਹੇ ਹੈ। ਸਮੱਸਿਆ ਕੁਛ ਇਸ ਤਰ੍ਹਾਂ ਦੀ ਹੈ, ਜਿਹਦਾ ਹੱਲ ਕੱਢਿਆ ਜਾ ਰਿਹਾ, ਇੱਕ ਨਹੀਂ ਦੋ ਨਹੀਂ ਤਿੰਨ ਹੱਲ, ਤਿੰਨ ਆਲਟਰਨੇਟਿਵ ਨੇ, ਵੀ ਟਰਾਇੰਗ ਇਟ ਆਊਟ, ਵੀ ਟਰਾਇੰਗ ਆਰ ਲੈਵਲ ਬੈਸਟ। ਥੈਂਕ ਯੂ ਵੈਰੀ ਮੱਚ। ਹਲਕੇ ਦੀ ਮੰਗ ਸੀ ਕਿ ਕਾਫੀ ਲੰਬੇ ਸਮੇਂ ਤੋਂ ਤਕਰੀਬਨ 10 ਸਾਲ ਹੋ ਗਏ ਜੋ ਇਹ ਪੁੱਲ ਟੁੱਟਿਆ ਹੋਇਆ ਸੀ, ਅਤੇ ਮੈਂ ਵੀ ਇਸ ਐਕਸ਼ਨ ਕਮੇਟੀ ਦਾ ਮੈਂਬਰ ਰਿਹਾ, ਅਤੇ ਮੈਂ ਬਿਲਕੁਲ ਇਹ ਸਾਡੇ ਲੋਕਾਂ ਨਾਲ ਜਿਹੜੀ ਬਹੁਤ ਪਰੇਸ਼ਾਨੀ ਵਿਚਾਰੇ ਫੇਸ ਕਰਦੇ ਨੇ, ਅਤੇ ਇਹਦੇ 'ਚ ਮੈਂ ਸਭ ਤੋਂ ਵੱਧ ਜਿਹੜਾ ਗੁਨਾਹਗਾਰ ਆ ਉਹ ਇੱਕੋ ਹੀ ਬੰਦਾ, ਕਿਉਂਕਿ ਗੌਰਮੈਂਟ ਕੀ ਕਰ ਸਕਦੀ, ਗੌਰਮੈਂਟ ਨੇ ਪੈਸੇ ਦਿੱਤੇ, ਠੀਕ ਹੈ ਜੀ, ਠੇਕੇਦਾਰ ਅਪੁਆਇੰਟ ਕਰਤਾ, SDO ਉੱਥੇ ਖੜ੍ਹਾ ਰਹਿੰਦਾ, ਇੱਕ ਬੰਦੇ ਦੀ ਨਲਾਇਕੀ ਕਾਰਨ, ਇੱਕ ਬੰਦੇ ਦੀ ਸਿਰਫ ਵਧੀਆ ਕੰਮ ਕਰਨ ਦੀ ਨਾ ਗੁਜ਼ਾਰੀ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਠੇਕੇਦਾਰ ਆ ਇਹਦਾ, ਉਹਨੇ ਇਹ ਸਾਰਾ ਜਿਹੜਾ ਕੰਮ ਖਰਾਬ ਕਰਿਆ। ਧੂਰੀ ਤੋਂ ਦਵਿੰਦਰ ਖਿੱਪਲ ਦੀ ਰਿਪੋਰਟ, ਚੈਨਲ 2।